ਨਾਲ ਵਿਆਹ ਕਰਾ। ਕਿਹਨੇ ਕਿਹਾ ਵੀ ਮੈਂ ਤੇਰੇ ਨਾਲ ਵਿਆਹ ਅਜੇ ਨਹੀਂ ਕਰਾਉਣਾ। ਇਹਦਾ ਸਰਟੀਫਿਕੇਟ ਹੀ ਅਸੀਂ ਜਿਹੜਾ ਇਹਨੂੰ ਟਰੇਸ ਕੀਤਾ, ਸਾਰੀਆਂ ਮੋਬਾਈਲ ਕਾਲ ਸਾਰਾ ਡਿਟੇਲ ਅਸੀਂ, ਪਰ ਲੜਕੀ ਨੂੰ ਆਪਣੀ ਜੋ ਮੰਥਲੀ ਪ੍ਰੋਬਲਮ ਸੀ ਉਹਦੇ ਕਰਕੇ ਇਹਨੇ ਘਰੋਂ 3:30 ਵਜੇ ਲੜਕੀ ਦੇ ਨਾਲ ਪਿੰਡ ਦੇ, ਤੇ ਲੜਕੀ ਨੇ ਕਿਹਾ ਤੂੰ ਮੇਰੇ ਨਾਲ ਵਿਆਹ ਕਰਾ। ਕਿਹਨੇ ਕਿਹਾ ਵੀ ਮੈਂ ਤੇਰੇ ਜਦ ਤੂੰ ਮੇਰੇ ਨਾਲ ਵਿਆਹ ਨਹੀਂ ਕਰਾਉਂਦਾ ਨਹੀਂ ਤਾਂ ਮੈਂ ਤੇਰੇ ਘਰ ਜਾਊਂ ਸਿਰੇ। ਦੈਨ ਇਹਨੇ ਲੜਕੀ ਨੂੰ ਟਰੇਸ ਕੀਤਾ, ਸਾਰੀਆਂ ਮੋਬਾਈਲ ਕਾਲ ਸਰ ਬੰਦੇ ਨੇ ਆਪਣਾ ਜਿਹੜਾ ਕੰਫੈਸ਼ਨ ਕੀਤਾ ਕਿ ਮੈਂ ਇਸ ਕਾਰਨ ਕਰਕੇ ਲੜਕੀ ਨੂੰ ਮਾਰਿਆ। ਕੱਲ ਇਹਨੇ ਰਿਲੇਸ਼ਨ ਨੇ ਨਹੀਂ ਜੀ ਕਿਸੇ ਨੂੰ, ਤੇ ਬਾਹਰਲੇ ਵਾਰੀ ਤੁਸੀਂ ਦੇਖਿਆ ਜਿਹੜੇ ਉਹ ਪੰਚਾਇਤ ਘਰ ਜਿਹਾ ਹੈਗਾ ਉੱਥੇ ਲੰਘਦੇ ਆਉਂਦੇ ਅੱਗੇ ਸਰ ਇੱਥੇ ਖਿਲਾੜੋ ਭਾਜੀ ਇੱਥੇ ਬਿਠਾਓ ਭਾਜੀ ਅੱਗੇ। ਹਾਂ ਵੀ ਕੋਈ ਹੈ ਨਹੀਂ ਕੱਲ ਇੱਕ ਥਾਣੇ ਕਲਾਨੌਰ ਦੇ ਵਿੱਚ ਇੱਕ ਮਾਈਨਰ ਲੜਕੀ ਦਾ ਜਿਹੜਾ ਮਰਡਰ ਹੋਇਆ ਸੀ ਉਹਦੇ ਸੰਬੰਧ ਵਿੱਚ ਮੇਰੇ ਵੱਲੋਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾ ਕੇ ਜਿਹਦੇ 'ਚ ਇੱਕ DSP ਕਲਾਨੌਰ, ਇੰਚਾਰਜ CIA SHO ਕਲਾਨੌਰ, ਨਾਲ ਸਾਡੀ ਲੇਡੀ ਸਬ ਇੰਸਪੈਕਟਰ, ਇਹਨਾਂ ਦੀ ਟੀਮ ਬਣਾਈ ਸੀ। ਉਹਦੇ ਵਿੱਚ ਅਸੀਂ ਇਹ ਮੁਕੱਦਮਾ ਜਿਹੜਾ ਟਰੇਸ ਕਰ ਲਿਆ, ਇਹਦੇ 'ਚ ਦੋਸ਼ੀ ਮਨਜੀਤ ਸਿੰਘ ਨੂੰ ਅਸੀਂ ਗ੍ਰਿਫਤਾਰ ਕੀਤਾ ਜਿਹੜਾ ਕਿ ਇੱਕ ਟਰੱਕ ਡਰਾਈਵਰੀ ਦਾ ਕੰਮ ਕਰਦਾ ਔਰ ਇਸੇ ਹੀ ਪਿੰਡ ਦਾ ਰਹਿਣ ਵਾਲਾ। ਇਹ ਪਰਸੋਂ ਲੜਕੀ ਨੂੰ 3:30 ਵਜੇ ਨਾਲ ਲੈ ਕੇ ਪਿੰਡ ਦੇ ਸਕੂਲ ਦੇ ਵਿੱਚ ਉੱਥੇ ਗਿਆ। ਉਸ ਤੋਂ ਬਾਅਦ ਵਾਪਸੀ 'ਤੇ ਇਹਨਾਂ ਨੇ ਲੜਕੀ ਨੇ ਇਹਨੂੰ ਕਿਹਾ ਕਿ ਤੂੰ ਮੇਰੇ ਨਾਲ ਜਿਹੜੀ ਮੈਰਿਜ ਕਰਾ, ਅਤੇ ਇਹਨੇ ਕਿਹਾ ਵੀ ਮੈਂ ਮੈਰਿਜ ਅਜੇ ਨਹੀਂ ਕਰਾਉਣੀ। ਤਾਂ ਇਸ ਗੱਲੋਂ ਇਹਨਾਂ ਦੇ ਵਿੱਚ ਕੁਝ ਥੋੜ੍ਹਾ ਸਮਾਂ ਬਹਿਸ ਹੋਈ, ਦੈਨ ਲੜਕੀ ਨੂੰ ਵਰਗਲਾ ਕੇ ਪੰਚਾਇਤ ਘਰ ਦੇ ਵਿੱਚ ਉੱਥੇ ਲੈ ਗਿਆ, ਜਿੱਥੇ ਨੇ ਜਾ ਕੇ ਲੜਕੀ ਦਾ ਉਹਦੀ ਚੁੰਨੀ ਨਾਲ ਉਹਦਾ ਗਲਾ ਘੁੱਟਦਾ। ਇਹ ਲੜਕੀ ਨਾਲ ਜਿਸ ਦਿਨ ਇਹਨੇ ਮਰਡਰ ਕੀਤਾ ਉਸ ਦਿਨ ਇਹਨੇ ਰੇਪ ਨਹੀਂ ਕੀਤਾ, ਲੇਕਿਨ ਇਹਨੇ ਅਟੈਂਪਟ ਜ਼ਰੂਰ ਕੀਤੀ ਹੈ। ਔਰ ਇਹਦੇ ਜਿਹੜੇ ਫਿਜ਼ੀਕਲ ਰਿਲੇਸ਼ਨ ਨੇ ਲੜਕੀ ਨਾਲ ਪਿਛਲੇ 1.5 ਸਾਲ ਤੋਂ ਜਿਹੜੇ ਚੱਲ ਰਹੇ ਸਨ, ਲੜਕੀ ਜਿਹੜੀ ਮਾਈਨਰ ਲੜਕੀ ਹੈ, ਇਹਦੇ ਤਹਿਤ ਅਸੀਂ ਮੁਕੱਦਮਾ 302-376 IPC ਦੇ ਤਹਿਤ ਜਿਹੜਾ ਉਹਦਾ ਚਲਾਨ ਅਦਾਲਤ ਜਲਦੀ ਪੇਸ਼ ਕਰਾਂਗੇ। ਦੋਸ਼ੀ ਨੇ ਆਪਣੀ ਸਾਰੀ ਗੱਲ ਜਿਹੜੀ ਇਹਦੇ 'ਚ ਕਨਫੈਸ ਕਰ ਲਈ, ਇਹਨੇ ਮੰਨ ਲਿਆ ਔਰ ਟੈਕਨੀਕਲ ਤਰੀਕੇ ਨਾਲ ਜਿਹੜੀ ਇਨਵੈਸਟੀਗੇਸ਼ਨ ਨੂੰ ਅੱਗੇ ਜਿਹੜਾ ਲਿਆਂਦਾ ਗਿਆ ਔਰ ਪੁਲਿਸ ਨੇ ਵਿਦ ਇਨ 24 ਆਵਰਸ ਜਿਹੜਾ ਇਹ ਮੁਕੱਦਮੇ ਨੂੰ ਟਰੇਸ ਕਰ ਲਿਆ, ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਥੈਂਕ ਯੂ।